ਸ਼ੈੱਡ ਜਿਹੜਾ ਤਾਂ ਨੀਮਾ ਸ਼ੈੱਡ ਬਣਿਆ ਹੋਇਆ ਜੀ ਇਹ ਸ਼ੈੱਡ ਦਾ ਸਿਆਲ 'ਚ ਬੜਾ ਫਾਇਦਾ ਆਪਾਂ ਨੂੰ। ਹੁਣ ਜਿਹੜੇ ਬੱਚੇ ਆ ਜੀ ਆਪਣੇ, ਇਹ ਆਪਣੇ ਬੱਚੇ 2 ਮਹੀਨੇ ਦੇ ਆ ਜੀ। ਕਿਲੋ ਫੀਡ ਦੀ ਐਵਰੇਜ ਲਾਈ ਹੋਈ ਰਹਿੰਦੀ, ਕਿਲੋ ਡੇਢ ਕਿਲੋ 24 ਘੰਟੇ ਦੀ। ਉਹ ਜਿਹੜਾ ਮੇਲ ਆ, ਮੇਲ ਆਟੋਮੈਟਿਕਲੀ ਫਿਰ ਗਰੋਥ ਜ਼ਿਆਦਾ ਕਰਦਾ। ਪੰਜਾਬ ਹੁਣ ਹੱਦਾਂ ਸਰਹੱਦਾਂ ਦਾ ਮਹਦੂਦ ਨਹੀਂ ਰਿਹਾ, ਹੁਣ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਹਾਨੂੰ ਪੰਜਾਬੀ ਦਿਸ ਜਾਣਗੇ। ਬਹੁਤ ਸਾਰੇ ਪੰਜਾਬੀ ਇੱਥੋਂ ਜਾ ਕੇ ਦੂਰ ਵਿਦੇਸ਼ਾਂ ਦੇ ਵਿੱਚ ਆਪਣਾ ਨਾਂ ਚਮਕਾ ਚੁੱਕੇ ਨੇ, ਪਰ ਬਹੁਤ ਸਾਰੇ ਨੌਜਵਾਨ ਪੰਜਾਬੀ ਅਜਿਹੇ ਵੀ ਨੇ ਜੋ ਬਾਹਰ ਗਏ, ਕੁਝ ਸਿੱਖ ਕੇ ਆਏ ਅਤੇ ਆਪਣੇ ਪੰਜਾਬ ਦੇ ਵਿੱਚ ਆ ਕੇ ਉਸ ਚੀਜ਼ ਨੂੰ ਅਪਲਾਈ ਕੀਤਾ ਤਾਂ ਕਿ ਪੰਜਾਬ ਦੀ ਅਤੇ ਦੇਸ਼ ਦੀ ਗਰੋਥ ਹੋਰ ਹੋ ਸਕੇ। ਤੁਹਾਨੂੰ ਬਹੁਤ ਸਾਰੇ ਨੌਜਵਾਨ ਮਿਲਾਏ ਨੇ, ਕੋਈ ਮੱਝਾਂ ਗਾਵਾਂ ਦੇ ਵਿੱਚ ਆਪਣਾ ਨਾਮ ਚਮਕਾ ਰਿਹਾ, ਕੋਈ ਕੁੱਤੇ ਪਾਲ ਕੇ ਵੱਖਰਾ ਕੰਮ ਕਰ ਰਿਹਾ। ਅੱਜ ਅਸੀਂ ਫਤਿਹਗੜ੍ਹ ਸਾਹਿਬ ਦੇ ਪਿੰਡ ਪ੍ਰਸਤੀ ਕਲਾਂ ਦੇ ਵਿੱਚ ਪਹੁੰਚੇ ਹਾਂ। ਪ੍ਰਸਤੀ ਕਲਾਂ ਦੇ ਨੌਜਵਾਨ ਸੁਖਜੀਤ ਸਿੰਘ ਨਾਲ ਤੁਹਾਨੂੰ ਮਿਲਾਵਾਂਗੇ। ਸੁਖਜੀਤ ਸਿੰਘ ਇਟਲੀ ਲਾ ਕੇ ਆਏ ਨੇ 10 ਸਾਲ, ਉੱਥੋਂ ਪਿੱਗ ਫਾਰਮਿੰਗ ਦਾ ਕੰਮ ਸਿੱਖ ਕੇ ਆਏ ਨੇ। ਉੱਥੇ ਹਾਲਾਂਕਿ ਪਿੱਗ ਫਾਰਮਿੰਗ ਦਾ ਕੰਮ ਕਰਦੇ ਵੀ ਰਹੇ ਨੇ, ਤਾਂ ਉੱਥੋਂ ਸਿੱਖ ਕੇ ਇੱਥੇ ਆਏ ਨੇ। ਇੱਥੇ ਆਪਣੇ ਆ ਕੇ ਪੰਜਾਬ ਦੇ ਵਿੱਚ ਫਿਰ ਉਹ ਵਾਪਸ ਨਹੀਂ ਗਏ, ਉਹਨਾਂ ਨੇ ਉਹੀ ਕੰਮ ਇੱਥੇ ਸ਼ੁਰੂ ਕੀਤਾ ਜਿਸ ਤਰ੍ਹਾਂ ਉੱਥੇ ਕੰਮ ਕਰਦੇ ਸੀ ਵਾਈਟ ਪਿੱਗ ਦਾ। ਵਾਈਟ ਪਿੱਗ ਇੰਗਲੈਂਡ ਦੀ ਪ੍ਰਜਾਤੀ ਹੈ, ਪਰ ਭਾਰਤ ਦੇ ਵਿੱਚ ਹੁਣ ਇਹ ਆਮ ਹੀ ਦਿਸ ਜਾਂਦੀ ਹੈ। ਤਾਂ ਸੁਖਜੀਤ ਸਿੰਘ ਹੋਰਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਸ ਬਰੀਡ ਦੇ ਉੱਪਰ ਕੰਮ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਇਸ ਤੋਂ ਮੁਨਾਫਾ ਲਿਆ ਜਾਂਦਾ ਹੈ, ਕੀ ਇਸ ਦੀ ਸਾਂਭ ਸੰਭਾਲ ਹੈ ਅਤੇ ਇਸ ਦੀ ਖਾਦ ਖੁਰਾਕ ਕੀ ਹੈ, ਸਾਰੀ ਗੱਲਬਾਤ ਕਰਦੇ ਚੱਲਾਂਗੇ। ਤਾਂ ਬਾਈ ਸੁਖਜੀਤ ਹੋਰੀ ਅੰਦਰ ਫਾਰਮ 'ਤੇ ਕੰਮ ਕਰ ਰਹੇ ਨੇ, ਉਹਨਾਂ ਨਾਲ ਜਾ ਕੇ ਸਾਰੀ ਗੱਲਬਾਤ ਕਰਦੇ ਹਾਂ। ਆਓ ਚੱਲੀਏ। ਤਾਂ ਬਾਈ ਹੋਰਾਂ ਦੇ ਪਿਗਰੀ ਫਾਰਮ 'ਚ ਆਏ ਹਾਂ। ਬਾਈ ਹੋਰੀ ਦਾਣਾ ਪਾ ਰਹੇ ਨੇ, ਛੋਟੇ ਵੱਡੇ ਸੂਰ ਨੇ, ਬਹੁਤ ਜ਼ਿਆਦਾ ਸੂਰ ਨੇ, ਕਰੀਬ 100 ਦੇ ਕਰੀਬ ਇੱਥੇ ਨਾਗ ਹੈਗੇ ਨੇ। ਤਾਂ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ, ਬਾਈ ਸੁਖਜੀਤ ਹੋਰਾਂ ਦੇ ਨਾਲ, ਅਤੇ ਅੰਦਰ ਵੀ ਜਾਵਾਂਗੇ। ਤਾਂ ਸੂਰਾਂ ਬਾਰੇ ਬਹੁਤ ਸੁਣਿਆ ਸੀ ਕਿ ਹਮਲਾ ਵੀ ਕਰ ਦਿੰਦੇ ਨੇ। ਬਾਈ ਸੁਖਜੀਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ। ਠੀਕ ਹੈ ਜੀ। ਇਟਲੀ ਗਏ ਤੁਸੀਂ? ਹਾਂਜੀ। ਇਟਲੀ ਤੇ 10-12 ਸਾਲ ਰਹੇ ਤੁਸੀਂ? ਮੈਂ ਜੀ 14 ਸਾਲ ਲਾਏ। 14 ਸਾਲ? ਹਾਂਜੀ। ਕਰੀਬ 10 ਸਾਲ ਤੁਸੀਂ ਇਹੀ ਕੰਮ ਕੀਤਾ? ਹਾਂਜੀ, ਮੈਂ ਤਕਰੀਬਨ ਜੀ ਉੱਥੇ 3 ਸਾਲ ਫੈਕਟਰੀ 'ਚ ਕੰਮ ਕਰਿਆ ਸੀਗਾ, ਉਦੋਂ ਬਾਅਦ 1 ਸਾਲ ਐਗਰੀਕਲਚਰ ਦਾ ਕਰਿਆ। ਠੀਕ ਹੈ ਜੀ। 10 ਸਾਲ ਮੈਂ ਇਹਨਾਂ ਦਾ ਕੰਮ ਕਰਿਆ ਪਿਗਰੀ ਦਾ। ਉੱਥੇ ਭਾਈ ਤੁਸੀਂ ਕੰਮ ਕਿਸੇ ਥੱਲੇ ਕਰਦੇ ਸੀ, ਹੈ ਨਾ? ਹਾਂਜੀ। ਉਹਨੇ ਤੁਹਾਨੂੰ ਬਹੁਤ ਕੁਝ ਸਿਖਾਇਆ ਸੀ? ਬਿਲਕੁਲ ਜੀ। ਉੱਥੋਂ ਲੈ ਕੇ ਅੱਜ ਤੁਸੀਂ 2 ਫਾਰਮ ਚਲਾ ਰਹੇ ਹੋ ਮਾਲਕ ਹੋ। ਠੀਕ ਹੈ ਜੀ। ਇਹ ਸਫ਼ਰ ਕਿਵੇਂ ਰਿਹਾ? ਹਾਂਜੀ, ਉੱਥੇ ਦੇਖੋ ਫੋਰਨ ਕੰਟਰੀ ਹੋਈ ਚਾਹੇ ਇੱਥੇ ਜੀ, ਕੋਈ ਵੀ ਕੰਮ ਸਟਾਰਟ ਕਰਨਾ ਉਹਨੂੰ ਮੁਸ਼ਕਲਾਂ ਦਾ ਦੇਖੋ ਤੁਹਾਨੂੰ ਸਟਾਰਟਿੰਗ ਦੇ ਵਿੱਚ ਆਉਣੀ ਹੈ ਜੀ, ਜ਼ਰੂਰ, ਹੈ ਨਾ ਜੀ। ਜਦੋਂ ਗਏ ਸੀਗੇ ਪਰ ਕੰਮ ਹੋਰ ਗਏ ਸੀਗੇ, ਫੈਕਟਰੀ 'ਚ ਲੱਗੇ ਸੀਗੇ, ਐਗਰੀਕਲਚਰ ਦਾ ਕੰਮ ਕਰਿਆ, ਪਰ ਜਦੋਂ ਪਿਗਰੀ ਲਾਈਨ 'ਚ ਪਏ ਉੱਥੇ ਅਸੀਂ ਦੇਖਿਆ ਵੀ ਉਹ ਲੋਕਾਂ ਨੇ ਇਹ ਲਾਈਨ 'ਚ ਬੜਾ ਕੁਛ ਬਣਾਇਆ ਉਹਨਾਂ ਨੇ। ਠੀਕ ਹੈ ਜੀ। ਮੰਨ ਲਓ ਜਿੱਥੇ ਅਸੀਂ ਕੰਮ ਕਰਦੇ ਸੀਗੇ ਉਹਦੇ ਕੋਲ 400 ਕਿੱਲਾ ਜ਼ਮੀਨ ਦਾ ਸੀ, ਉਹ ਬੰਦੇ ਨੇ 6 ਸਾਲਾਂ ਦੇ ਵਿੱਚ 1300 ਕਿੱਲਾ ਜ਼ਮੀਨ ਦਾ ਕਰ ਲਿਆ। ਠੀਕ ਹੈ, ਇਹ ਲਾਈਨ ਦੇ ਵਿੱਚ ਹੀ ਸਿਰਫ। ਹਾਂਜੀ ਹਾਂਜੀ। ਪੰਜਾਬੀ ਸੀ ਬੰਦਾ? ਨਹੀਂ ਨਹੀਂ, ਇਟਾਲੀਅਨ ਸੀਗਾ, ਇਟਾਲੀਅਨ, ਕਿਉਂਕਿ ਐਗਰੀਕਲਚਰ ਦਾ ਕੰਮ ਸੀਗਾ, ਨਾਲ ਮਿਹਨਤ ਜ਼ਿਆਦਾ ਕਰਦੇ ਸੀਗੇ। ਉੱਥੋਂ ਫਿਰ ਅਸੀਂ ਇਹ ਸਿੱਖੇ ਹਾਂ ਚੀਜ਼ ਵੀ ਮਿਹਨਤ ਕਰਨਾ ਹੀ ਬੰਦੇ ਦਾ ਕਰਮ ਆ। ਠੀਕ ਹੈ ਜੀ। ਜਦੋਂ ਅਸੀਂ ਕੰਮ ਸ਼ੁਰੂ ਕਰਿਆ ਸੀਗਾ, ਅਸੀਂ 30 ਨਗਾਂ ਤੋਂ ਸ਼ੁਰੂ ਕਰਿਆ ਸੀਗਾ, 30 ਫੀਮੇਲ ਲੈ ਕੇ ਆਏ ਸੀਗੇ, 2 ਮੇਲ ਲੈ ਕੇ ਆਏ ਸੀਗੇ। ਠੀਕ ਹੈ। ਉਦੋਂ ਬਾਅਦ ਅਸੀਂ, ਇਹ ਤਾਂ ਜੀ ਅਸੀਂ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਕਿਸੇ ਫਾਰਮ 'ਚੋਂ। ਠੀਕ ਹੈ। ਉਦੋਂ ਬਾਅਦ ਫਿਰ ਮੈਂ ਬਾਹਰੋਂ ਇਹਨਾਂ ਦੇ ਟੀਕੇ ਲੈ ਕੇ ਆਇਆ। ਠੀਕ ਹੈ ਜੀ। ਇੱਥੇ ਫਿਰ ਅਸੀਂ ਫੀਮੇਲ ਦੇ ਪ੍ਰੈਗਨੈਂਟ ਹੋਣ ਤੋਂ ਬਾਅਦ ਉਹਨਾਂ ਦੇ ਬੱਚੇ ਲਏ, ਉਦੋਂ ਤਿਆਰ ਕਰਿਆ। ਹੁਣ ਜਿਹੜਾ ਆਪਣਾ ਵੱਡਾ ਮੇਲ ਉਹ ਸਾਡਾ ਬਾਹਰਲਾ, ਉਹਨਾਂ ਦੀ ਹੀ ਨਸਲ, ਉਹਨਾਂ ਦੀ ਬਰੀਡ ਚੱਲ ਰਹੀ ਆ ਅੱਗੇ ਸਾਰੀ। ਮਤਲਬ ਸਾਰੀ ਬਰੀਡ ਤੁਹਾਡੇ ਕੋਲ ਇਟਲੀ ਦੀ? ਹਾਂਜੀ, ਬਾਹਰ ਦੀ ਬਰੀਡ ਹੈ ਸਾਰੀ। ਠੀਕ ਹੈ। ਸ਼ੈੱਡ ਕਿਵੇਂ ਦਾ ਹੋਣਾ ਚਾਹੀਦਾ? ਕਿੰਨਾ ਉੱਚਾ, ਕਿੰਨਾ ਨੀਵਾਂ? ਆਸੇ ਪਾਸੋਂ ਕਿੰਨਾ ਖੁੱਲ੍ਹਾ ਹੋਣਾ ਚਾਹੀਦਾ? ਥੱਲੇ ਪੱਕਾ ਹੋਣਾ ਚਾਹੀਦਾ, ਕੱਚਾ, ਜਾਂ ਇਹਦਾ ਜਿਹੜਾ ਵੇਸਟੇਜ ਦਾ ਨਿਕਾਸ ਹੈ, ਹੈ ਨਾ? ਹਾਂਜੀ, ਇਹਨਾਂ ਸਾਰੀਆਂ ਚੀਜ਼ਾਂ ਦਾ ਬਾਰੇ ਥੋੜ੍ਹਾ ਦੱਸੋ। ਦੇਖੋ ਜੀ, ਜਿਹੜਾ ਸ਼ੈੱਡ ਆ ਤੁਹਾਡਾ ਨਾ, ਸ਼ੈੱਡ ਜਿਹੜਾ ਤਾਂ ਨੀਵਾਂ ਸ਼ੈੱਡ ਬਣਿਆ ਹੋਇਆ ਜੀ, ਇਹ ਸ਼ੈੱਡ ਦਾ ਸਿਆਲ 'ਚ ਬੜਾ ਫਾਇਦਾ ਆਪਾਂ ਨੂੰ, ਕਿਉਂ ਸਰਦੀ ਦੇ ਵਿੱਚ ਹਵਾ ਕ੍ਰੋਸ ਘੱਟ ਹੁੰਦੀ ਹੈ ਇਹ 'ਚ। ਠੀਕ ਹੈ ਜੀ। ਗਰਮੀ ਦੇ ਵਿੱਚ ਵੀ ਚਲੋ ਥੋੜ੍ਹੀ ਜਿਹੀ ਦਿੱਕਤ ਤਾਂ ਵੈਸੇ ਐਡੀ ਕੋਈ ਹੈ ਨਹੀਂ ਸਾਨੂੰ, ਜੇ ਮੰਨ ਲਓ ਜ਼ਿਆਦਾ ਗਰਮੀ ਲੱਗਦੀ ਹੈ ਤਾਂ ਇਹਦੇ ਉੱਤੇ ਹੁੰਦਾ ਨਹੀਂ ਸਰਕੜਾ ਜਿਹਾ ਇੱਕ, ਉਹ ਪਾ ਸਕਦੇ ਹਾਂ ਆਪਾਂ, ਠੰਡਾ ਹੁੰਦਾ। ਠੀਕ ਹੈ ਜੀ। ਜਿਹੜਾ ਹੁਣ ਸਾਡਾ ਦੂਜਾ ਸ਼ੈੱਡ ਆ, ਉੱਚਾ ਸ਼ੈੱਡ, ਉਹਦੇ ਵਿੱਚ ਹਵਾ ਜ਼ਿਆਦਾ ਕ੍ਰੋਸ ਹੁੰਦੀ ਹੈ, ਪਰ ਗੱਲ ਉਹੀ ਹੈ ਸਰਦੀ ਦੇ ਵਿੱਚ ਹਵਾ ਬਹੁਤ ਲੱਗਦੀ ਹੈ। ਉਹਦਾ ਗਰਮੀ 'ਚ ਫਾਇਦਾ? ਉਹਦਾ ਗਰਮੀ 'ਚ ਫਾਇਦਾ ਜੀ। ਅੱਛਾ, ਉਦੋਂ ਬਾਅਦ ਜੇ ਮੇਰੇ ਕਿਸੇ ਵੀ ਫਾਰਮ ਭਾਈ ਨੇ ਕਿਸੇ ਨੇ ਵੀ ਸ਼ੈੱਡ ਬਣਾਉਣਾ ਹੈ ਨਾ ਜੀ, ਤਾਂ ਤੁਸੀਂ ਇੱਟ ਲਾਣੀ ਹੈ ਜੀ ਥੱਲੇ। ਠੀਕ ਹੈ ਜੀ। ਬਿਲਕੁਲ, ਤੁਸੀਂ ਇੱਟ ਲਾਣੀ ਹੈ, ਇਹਦੇ ਥੱਲੇ ਦੂਜੀ ਕੰਕਰੀਟ ਵਾਲਾ ਦੂਜਾ ਫਰਸ਼ ਬਿਲਕੁਲ ਨਹੀਂ ਪਾਉਣਾ, ਕਿਉਂਕਿ ਉਹ ਪਹਿਲਾਂ ਆਪਾਂ ਨੂੰ ਸੋਹਣਾ ਲੱਗਦਾ ਪਾਇਆ ਹੋਇਆ, ਉਹ 6 ਮਹੀਨੇ ਬਾਅਦ ਨਾ ਜਦੋਂ ਮੰਨ ਲਓ ਜਾਨਵਰ ਤੁਰਦਾ ਉਹਦੇ ਉੱਤੋਂ ਬਜਰੀ ਨਿਕਲ ਜਾਂਦੀ ਆ,
हाँ जी हूँ अपने जिन्हें भी जानवर तुम देख रहे हो कोई डुबा नहीं है कोई किसी तक मान लो कोई पैर चो फ्रैक्चर है तो वो की है जो तो बजरी लगती ना तो पैर बड़ा नरम है जी थले नरम करके ना फिर तकलीफ होंगी इन्हों बैठन लगे भी पैन लगे भी वो बच्चा ग्रोथ नहीं करता जी। इट जरूर लाओ मैं हरेक फार्म भाई को कहना किसी ने भी नवा शैड बनाना तो इट्टा जरूर लाओ वीर बिल्कुल तुम किसी की सलाह नहीं मननी पर इट वाला ही फर्श लाओ या इट नहीं लानी जो दूजा राजस्थानी पत्थर होंगे चौड़ा ला लिया तुम लाओ। अच्छा ये तुसी बनाया इन्हां दे खाण वास्ते? हाँ जी ये खाण वास्ते इन्हां दी खुल्लियां बनाईयां होईयां जी। ठीक है। हाँ जी हुण जिहड़े बच्चे आ जी अपने ये अपने बच्चे 2 महीने दे आ जी इन्हां नूं इंड्यूस दी फीड पै रही है इस टाइम। ये सारे 2 महीने दे? ये 2 महीने दे बच्चे आ जी इन्हां नूं आपां ने 25 किलो तक फीड पानी है जी उदों बाद 25 किलो जदों इन्हां दा वेट हो गया ना जी। अच्छा हाँ जी किन्नी पाउणी करी इक दिन? मान लो फीड मन के चलो तुसी असीं किलो फीड दी एवरेज लाई होई इन्हां दी किलो डेढ किलो 24 घंटे दी हाँ जी हाँ कुछ पानी पुनी पी के 4-5 किलो बन जाता इन्हों का। ठीक है जी उदो बाद 25 किलो तो बाद फिर असी किचन वेस्टेज शुरू कर दें इन्हों का। अच्छा जे तुसी 30 किलो तो बाद इन्हों वह करो ना जी मान लो स्टार्ट तो इन्हों की ग्रोथ इन्नी छेती होंगी है बहुत ज्यादा होंगी है और जे मान लो कोई भी बंदा अपना फीड पा रहा ना जी वो 1 महीने के डीवॉर्मिंग जरूर करे। ठीक है जी डीवॉर्मिंग का मतलब जेड़े कीड़े वाली दवाई होंगी नीलजैन कहने जी कोई भी फार्म भाई है मेरा उन्होंने नीलजैन पाओ कोई भी थोड़ा सलाह दिता है पाओ बिल्कुल ना पाओ पर नीलजैन ही पाओ। अच्छा ये खुरली के पिछे की है इस पास? ये भाजी जब साढ़े ज्यादा सके ना पहला जानवर ये जो सूरिया सूंदियां सी सर्दी के उत्ते बल्ब ला देंगे सके वो कट्ठे हो गए जी सारे बिच बह जाते सके हूँ साडा मान लो जोड़ा डिलीवरी का सिस्टम वो साडा पिछे बनया हुआ जी सारा साडे लोहे के सिकंजे बने हुए हैं जी ये। ठीक है जी उस कंजा का यह फायदा भी जो भी मान लो सूरी ने सूना असी ने उन्होंने अंदर बाड़ देना एटोमैटिकली डिलीवरी होनी है कोई बच्चा नहीं दबना जे असी उरे सवाने तो उरे कंध के लवे लाके बैठता बच्चा वो उत्ते सूरियां बह जाए डैथ होंगी उन्होंने। अच्छा हाँ जी ठीक है। हाँ ये चक्कर है जी ये सिर्फ साडा हुण उरे मान लो सारा असी मान लो जानवरी तैयार करते हैं उरे जिन्ना साडा प्रैगनेंट सूरियां पिछे सूरियां सारियां पिछे हैं। ठीक है जी उरे सिर्फ बच्चे तैयार होने हैं इन्हां दा जिहड़ा खाण पीन आ उह जे मान लो मेल आ फीमेल आ जां बच्चा इन्हां दे विच वक्खो वक्खरा हुंदा जिवें तुसीं कहा कि 1 किलो इन्हां दी इन्हां नूं पाई दी हाँ जी हाँ जी मेल फीमेल का भी वक्रा होंगे जा ज्यादा उम्र वाले ज्यादा वक्रा नहीं जी देखो जिहड़ा मेल आ ना मेल थोड़ा जिहा ज्यादा खांदा फीमेल घट खाती है फीमेल का यह होंगे जी जदों मान लो ना यह 60 किलो की हो जाती है फीमेल इस करके जो मेल आ मेल मान लो ये साढ़े सारे खस्सी कर दें असं 10-12 दिन है ना क्योंकि वो जो मेल आ मेल एटोमैटिकली फिर ग्रोथ ज़्यादा करता है। ठीक है जी ये 5-6 दिन के मान लो हरेक महीने के इन्हें 5-6 दिन ब्रेक मार जानी है देखो जी असी होर करते हैं जी जो मान लो असी साढ़े को फीमेल साढ़े को प्रैगनेंट हुई ना असी उन्होंने 1 महीने वास्ते असी उन्होंने कट्ठा रखते हैं मान लो जिवें 5 नूं 1 खाने च अपने 2 महीने जी। ठीक है जी जेडे मेरे ए पिग आ जी ए बिल्कुल छोटे पिग आ जी ए महीने के पिग आ जी इन्हों ड्यूस की फीड पै रही है स्टार्टर ए सब तो फर्स्ट स्टेज हाँ जी ए महीने के हैं जी ए बिल्कुल मान लो जेडे ए बच्चों के नाल कमजोर मैं छड़ते थे थले उन्होंने वो मैं 15 दिन लेट चक ले सके है ना जी फीमेल थलों हूँ इन्हों मैं फीड पा रहा जी इन्हों 1 महीने च रेडी हो जाना इन्होंने उदों बाद जो 25 किलो के हो गए फिर आप वेस्टेज से लावे। ठीक है जी आ जाओ जी अगे हूँ जिन्ना साडा माल खड़ा जी ये सारा कटिंग वाला माल है जी ये सिर्फ मैं छोटे जानवर छड़ते थे महीना पहला जिन्ना बड़ा माल सही है सारा असी ने कटता जी वो। ठीक है जी ये भी कटिंग वाला माल है जी अपना सारा किन्ना वेट होगा इन्हों का जी इस टाइम मान लो जिमें ये जानवर जी ये 8 बैठे हैं ना इन्हों की एवरेज इस टाइम 1 क्वांटल 20-25 किलो की है मान लो जिमें 7 बेचते हैं ना आप किसी का 1 40 हो गया किसी का 1 35 पर एवरेज 1 20 और 25 के निकले आनी है थोड़ी एवरेज हाँ जी हाँ
आही कुछ इन्हों का मान लो ये खाना भी इदा का ही है। ये भी एक 20-25 की एवरेज निकलनी है थोड़ी, क्योंकि गर्मी के मैं हरेक फार्म भाई कहना भी 1.25 क्विंटल का बच्चा होना ना दो, इन कढ़ दो गर्मी च। सर्दी का कोई चक्कर नहीं, चाहे तुम 1.25 क्विंटल का कर लो, हाँ क्योंकि नुकसान होंगे अपना। ठीक है जी, ये खाना जी अपना, ये खाने के हैं जी अपने 4.5 महीने के जी। इन्हों का इस टाइम वजन है लगभग 60 किलो जी, पांच महीने के इड़गिड़ होने जी है। ठीक है जी, क्योंकि यह फर्क है जी, जे इन्हों मैं स्टार्टिंग तो मतलब वेस्टेज से रख दा ना, फिर ये ग्रोथ नहीं करते। इन्हों फीड पई हुई इन्हों के अंदर स्ट्रोंग हो गए, हूँ इन्हों जो मर्जी पा लो जी। ठीक है जी, भी ये इधर आ गए जी अपने, ये मेरिया मान लो जिहड़ियां फीमेल आ तोड़िया हुई बच्चों तो। ठीक है जी, हूँ ये मान लो हीट च आन गियाँ, ठीक है अपने छड़िया होया ये बिच। ठीक है जी, वो बड़ा सह ना अपना, ओदा ही बच्चा ही छोटा है। ठीक है जी, हाँ जी, एदी एज हैगी जी 6 महीने का जी, थोड़ा ठाल के दिखावा जी। हाँ हाँ जी, ये 6 महीने का जी, ये इन्हें बहुत बड़ा कद करना जी। हाँ देखो जी, बड़ा लंबा जी है, हले 6 महीने का मसवा जी है। ठीक है जी, खुराक पानी है ना वधिया चाहिए, क्योंकि जो 6 महीने बाद जो जानवर सौंदा चलो हल्का चल पैंदा, पर इन्हें जिनी डाइट वधिया प्रोटीन की लोड़ होंदी है, क्योंकि जिनी प्रोटीन होगी थोड़े दाने च उन्नी इन्हें ग्रोथ करनी है जी जाके। ये भी इन्हों के नाल दे बच्चे हैं जी, आ खाने के नाल दे, भी लगभग 5.5-6 महीने के होने मेरे हिसाब से। हाँ जी हाँ जी हाँ जी हाँ जी, ये भी हाँ जी हाँ। अच्छा जी, फीड की गल कर रहे हो, हाँ जी, फीड के की खास मतलब सर जी फीड है ना ड्यूज की, जिनी मान लो आप लोकल फीड बनाने ना मान लो अपनी आप तैयार करते हैं, वह ना बॉयल नहीं हुई होंगी। मान लो जदों इन्ह ने मान लो गोहा करना है, वो लगभग 25% थोड़ी फीड बाहर जानी है गोहे दे, तुसी चेक कर लियो साड़ी नालियां दे विच, जिहड़ी मान लो किसी भी फार्म च जाने आ तुसी, वो 25% थोड़ा दाणा इन्ह ने गोहे दे राही कढ़ना, क्योंकि जिहड़ी गाइयां हुंदियां मझां हुंदियां उन्हां दे लीवर हुंदे आ दो अंदर, इन्हां दा लीवर इक आ। अच्छा, उत्थों पाचन शक्ति बाहर मारना इन्हां ने कढ के, फिल्टर नहीं करदे हैगे। ठीक है जी, इस करके भी इन्हों मान लो बॉयल होया हुआ जो दाणा है ना, वो बॉयल करके जी जिन्ना मान लो 100% के 90% इन शरीर में लगता दाणा, जी थोड़ी घर वाली फीड आ 60% लगनी है, 40% थोड़ी वेस्टेज जानी है बाहर। हाँ जी हाँ जी, ये चीज़ है जी। कई बार ये भी देखा ना कि जिवें जानवर कट्ठे होंदे आ, हाँ जी, लड़ पैंदे आ, हाँ जी, जां जिवें कंधां छोटियां इक दूजे दे उपर चढ़ के, हाँ जी, है ना, इदां दा भी कदी हो जांदा। देखो पता जे ओह हुंदा ते की कारण, क्योंकि ये जानवर मैं देख रहा, मैं जदों इंटरव्यू होया ना, हाँ जी, बड़े प्यारे ने, इह तां बड़े प्यार कर रहे है ना, कई बार होंदा कि लड़ाकू होंदे जानवर। पता की चक्कर होंदा जी, ये नस्लों का बड़ा फर्क है जी, जिहड़ी तां मिक्स नस्ल हुंदी है, जे तां प्योर लार्ज वाइट आ, इह ब्लैलर मुर्गे वाला कम है, शांत रहिंदे आ, बहुता ज्यादा नहीं लड़ते। जे इहदे विच मिक्स होगा ना मान लो मिक्स लोकल पण दा, जिवें नाभा ब्रीड होगी मिक्स हो गया, ये फिर इन्हां दे विच कौड़पण आ जाता, फिर ये लड़ते रहने आपस च, मान लो इधरले खाने दे इधरले दे इधरले दे इधरले, हुण भी जे कोई छाल मार के उधर चले गया तो उन्हें 10-20 मिनट तां इहदे नाल हत्थों पई होना। ठीक है जी, उदों बाद उन्हें जोर जोर मार के हट जाना भी अपना ही सांझा भाई आ, कोई गल नहीं। ठीक है जी, भी बाकी लड़ते तो हैंगे जी, ये मान लो हुण जिवें तुसीं इक खाने च रखे हुए आ, कोशिश ये करो भी एंड तक इक्के खाने च रहन, इन्हां दी अदली बदली ना करो, अदली बदली करोगे फिर तुहानू प्रॉब्लम आ जांदी है। इक मझां गावां देखिया ना, जदों भुख लगी होवे तां जानवर रिंगण लग पैंदा है ना। हाँ जी हाँ जी, ते इह वी मैं देख रहा विच विच कोई कोई चीकां जां मारदा है ना, आवे जानवर सुता पिया सी, दूजा ओहदे उत्ते आके बैठ गया, उन्हें चीक मारी, वह भी बंदे वाला इंसान वाला काम आ, सुते पई अपने उत्ते आके बह जाए कोई, वह तां तुहानू हल्की चीक सुनी, हुण उह अपना शांत हो के परां बह गया। ठीक है जी, भी इस करके मैं तो यही गल कहना जी, काम वधिया है। ठीक है जी, जे किसी ने काम करना तो अपना मन मार के करो काम, है लोगों की ना करो परवाह। ठीक है जी, क्योंकि अजक खेती दे नाल कोई ना कोई थोड़ा सहायक धंधा जरूरी होना चाहिए, तो वधिया जिंदगी निकलती है। अच्छा, ये अगे वाला पार्ट आ गया अपना, हाँ जी, ये खुला काफ़ी नहीं, ये असी ने हमने बच्चे बेचे जी, ये 22 जानवर बैठे से अपने बड़े। ठीक है जी, हूँ गर्मी करके जी, मैं थोड़ा पिछले भी दिखाया, गर्मी करके बड़े जानवर से होंकते बहुत सके, ता ही हूँ फिर माड़ी मोटी इन्हें रिपेयर कर देंगे, हूँ जिम्मे टुटे हुए हैं थोड़े बहुते खाने, रिपेयर रिपूर करके फिर चलावे कम। तो इधर पिंजरे बने हुए, ये पिंजरे जी अपना मान लो जिनी डिलीवरी करनी अपने फीमेल की, इन्होंने होनी है डिलीवरी।
ਠੀਕ ਹੈ ਜੀ ਵਿੱਚ ਬਾੜ ਦੇਣੇ ਅਸੀਂ ਨੇ ਇੱਥੇ ਉਰੇ ਮੰਨ ਲਓ ਫੀਮੇਲ ਨੂੰ ਉਹਨੇ ਆਪਣੇ ਆਪ ਹੀ ਸੋਣਾ ਤਾਂ ਬੱਚਿਆਂ ਨੇ ਆਲੇ ਦੁਆਲੇ ਘੁੰਮਣਾ ਠੀਕ ਹੈ ਜੀ ਆਲੇ ਦੁਆਲੇ ਫਿਰਨਾ ਉਹਨਾਂ ਨੇ ਖੇਡਦਿਆਂ ਨੇ ਠੀਕ ਹੈ ਠੀਕ ਹੈ ਜੀ ਹੁਣ ਜੇ ਖੁੱਲੇ ਓਪਨ ਦੇ ਵਿੱਚ ਮੰਨ ਲਓ ਡਿਲੀਵਰੀ ਕਰਦੇ ਹਾਂ ਤਾਂ ਇਹਨਾਂ ਨੂੰ ਆਦਤ ਆ ਕੰਧ ਲਵੇ ਲਾ ਕੇ ਬੈਠਣ ਦੀ ਬੱਚਿਆਂ ਨੇ ਕੰਧ ਲਵੇ ਲਾ ਕੇ ਬੈਠਣਾ ਉਹਨਾਂ ਦੀ ਮਾਂ ਨੇ ਵੀ ਉਹਦੇ ਉੱਤੇ ਬੈਠਣਾ ਆ ਕੇ ਉਹਦੇ ਨਾਲ ਬੱਚਿਆਂ ਡੈਥ ਹੁੰਦੀ ਆ ਇਸ ਕਰਕੇ ਤੇ ਸੁਣੀ ਆ ਗੱਲ ਮੰਨ ਲਓ ਨਹੀਂ ਆਦਤ ਹੈ ਇਹਨਾਂ ਨੂੰ ਇਹਨਾਂ ਨੇ ਬੈਠਣਾ ਕੰਧ ਲਵੇ ਲਾ ਕੇ ਆ ਇਹ ਜਾਨਵਰ ਨੂੰ ਆਦਤ ਹੈ ਇਹਨਾਂ ਨੇ ਬੈਠਣਾ ਕੰਧ ਲਵੇ ਲਾ ਕੇ ਇਹਨਾਂ ਨੇ ਹੁਣ ਕਿਸੇ ਨੂੰ ਵੀ ਦੇਖ ਲਓ ਤੁਸੀਂ ਕੰਧ ਲਵੇ ਲਾ ਕੇ ਬੈਠੂਗਾ ਜਿੰਨਾ ਛੋਟਾ ਅੱਛਾ ਤੇ ਜਿਹੜੀ ਫੀਮੇਲ ਇਹਦੇ ਅੰਦਰ ਕਿੰਨਾ ਟਾਈਮ ਰੱਖੀ ਦੀ ਉਹ ਅਸੀਂ ਰੱਖਾਂਗੇ 1 ਮਹੀਨਾ ਰੱਖਦੇ ਆ ਡਿਲੀਵਰੀ ਤੋਂ ਬਾਅਦ ਹਾਂ ਡਿਲੀਵਰੀ ਤੋਂ 10 ਦਿਨ ਪਹਿਲਾਂ ਅੰਦਰ ਬਾੜ ਦਿੰਦੇ ਆ 1 ਮਹੀਨਾ ਬਾਅਦ ਰੱਖਦੇ ਆ ਉਦੋਂ ਬਾਅਦ ਫਿਰ ਬੱਚੇ ਬਾਹਰ ਬਿਲਕੁਲ ਨਹੀਂ ਕੱਢਦੇ ਨਾ ਜੀ ਨਾ ਬਿਲਕੁਲ ਦੂਸਰੇ ਜਾਨਵਰਾਂ ਨਾ ਜੀ ਨਾ ਬਿਲਕੁਲ ਵੀ ਨਹੀਂ ਕੱਢਣੀ ਹੈਗੀ ਬਾਹਰ ਮਹੀਨੇ ਬਾਅਦ ਫਿਰ ਬੱਚੇ ਤਿਆਰ ਹੋ ਜਾਂਦੇ ਆ ਫਿਰ ਉਹ ਭੱਜਣ ਲੱਗ ਜਾਂਦੇ ਆ ਫਿਰ ਉਹਨੂੰ ਥੋੜਾ ਜਿਹਾ ਕਰਦੇ ਆ ਬਾਹਰ ਦੂਜੇ ਹੋਰ ਪਾਸੇ ਸ਼ਿਫਟ ਕਰ ਦਿੰਦੇ ਆ ਮੰਨ ਲਓ ਜਿਵੇਂ ਆਹ ਖਾਨੇ 'ਚ ਕਰਤਾ ਸੀ ਨੇ ਸ਼ਿਫਟ ਹੁਣ ਹੈ ਤੇ ਇਹਦੇ ਵਿੱਚ ਵੀ ਪਿੰਜਰਾ ਲੱਗਿਆ ਹੋਇਆ ਪਰ ਇਹਦੇ ਵਿੱਚ ਘੁੰਮਣ ਫਿਰਨ ਨੂੰ ਜਗ੍ਹਾ ਬਹੁਤ ਜ਼ਿਆਦਾ ਹੈ ਇਹਨੂੰ ਹਾਂ ਇਹ ਵੱਡਾ ਹੈ ਨਾ ਹਾਂ ਇਹ ਵੱਡਾ ਹੈ ਕਿਉਂਕਿ ਇਹਦੇ ਵਿੱਚ ਜਗ੍ਹਾ ਬਹੁਤ ਜ਼ਿਆਦਾ ਹੈ ਇਹਨੂੰ ਘੁੰਮਣੇ ਨੂੰ ਬੱਚਿਆਂ ਨੂੰ ਉਹਦੇ ਵਿੱਚ ਇਹ ਹੁੰਦਾ ਇੱਕ ਤੇ ਫੀਡ ਖਾਣ ਲੱਗ ਜਾਂਦੇ ਆ ਇਦਾਂ ਆਪਣੇ ਬਣੇ ਹੋਏ ਆ ਸਕੰਜੇ ਇਹਨਾਂ ਦੇ ਵਿੱਚ ਖੁੱਡਿਆਂ 'ਚ ਇੱਥੇ ਅਸੀਂ ਫੀਡ ਪਾਣੀ ਇਹਨਾਂ ਨੂੰ ਇੱਕ ਤਾਂ ਬੱਚੇ ਫੀਡ ਖਾਣ ਲੱਗ ਗਏ ਉਹ ਕੱਲਾ ਆਪਣਾ ਬਣਿਆ ਹੋਇਆ ਸਕੰਜਾ ਉੱਥੇ ਫੀਡ ਨਹੀਂ ਪਾਉਂਦੇ ਆਪਾਂ ਇੱਥੇ ਫੀਡ ਪਾਣੀਆਂ ਖੁੱਲੀਆਂ ਬਣੀਆਂ ਹੋਈਆਂ ਵਿੱਚ ਠੀਕ ਹੈ ਜੀ ਇੱਥੇ ਫੀਡ ਪਾਣੀ ਇਹ ਮਤਲਬ ਪਹਿਲਾਂ 1 ਮਹੀਨਾ ਉੱਥੇ ਉਸ ਤੋਂ ਬਾਅਦ ਇੱਥੇ ਉਰੇ ਰੱਖਣੀ ਹੈ ਫਿਰ ਆਪਾਂ ਨੇ 20 ਦਿਨ 20 ਦਿਨ 40 ਦਿਨ ਅਸੀਂ 40 ਦਿਨ 45 ਦਿਨ ਅਸੀਂ ਜਾਨਵਰ ਨੂੰ ਰੱਖਦੇ ਹਾਂ ਉਦੋਂ ਬਾਅਦ ਅਸੀਂ ਤੋੜ ਦਿੰਦੇ ਹਾਂ ਠੀਕ ਹੈ ਜੀ ਔਰ ਉਹ ਸਾਡੀਆਂ ਪਰਲੇ ਪਾਸੇ ਦੋਨੋਂ ਫੀਮੇਲ ਬੈਠੀਆਂ ਠੀਕ ਹੈ ਜੀ ਉਹ ਵੀ ਪ੍ਰੈਗਨੈਂਟ ਆ ਠੀਕ ਹੈ ਜੀ ਆ ਇਹਨਾਂ ਦਾ ਮੇਨ ਆ ਮੰਨ ਲਓ ਜਾਨਵਰ ਜਿਹੜਾ ਮੈਂ ਬਾਹਰੋਂ ਲਿਆ ਸੀਗਾ ਠੀਕ ਹੈ ਜੀ ਦੇਖੋ ਤਾਂ ਇਹ ਆ ਜੀ ਇਹ ਮੈਂ ਬਾਹਰੋਂ ਲਿਆ ਸੀਗਾ ਇਹ ਲਗਭਗ ਹੋਣਾ ਜੀ ਇਹ 3.5 ਸਾਲ ਦੇ ਏਡ ਗੇਡ ਹੋ ਗਿਆ ਜੀ 3.5 ਹਾਂਜੀ ਹਾਂ ਇਹ ਪਿੱਛੇ ਆਏ ਸੀਗੇ ਸਾਡੇ ਕੋਲ ਮੰਨ ਲਓ ਸਵਾਸਥਿਕ ਵਾਲੇ ਉਹਨਾਂ ਨੇ ਜਦ ਦੇਖਿਆ ਸੀਗਾ ਇਹਨਾਂ ਨੂੰ ਉਹ ਤਾਂ ਸਭ ਕੁਝ ਲੈ ਕੇ ਆਏ ਸੀਗੇ ਨਾ ਆਪਣੇ ਮੰਨ ਲਓ ਇੰਚੀ ਟੇਪ ਐਰਾ ਵਗੈਰਾ ਇਹ 4 ਫੁੱਟ ਉੱਚਾ ਜੀ ਇਹ 4 ਫੁੱਟ ਉੱਚਾ ਥੱਲੋਂ 4 ਫੁੱਟ ਉੱਚਾ ਜੀ ਇਹ ਤੇ ਲਗਭਗ 5 ਫੁੱਟ 7 ਇੰਚ ਲੰਬਾ ਇਹ ਲਗਭਗ 5 ਫੁੱਟ 7 ਇੰਚ ਲੰਬਾ ਸੂਰ ਹੈ ਫਿਰ ਉਹਨਾਂ ਨੇ ਕਿਹਾ ਸੀ ਕਹਿੰਦੇ ਵੀ ਫਾਰਮਾਂ ਦੇ ਵਿੱਚ ਬਹੁਤ ਦੇਖਿਆ ਕਹਿੰਦੇ ਕਿਉਂਕਿ ਇਹਦੇ ਬਰੀਡ ਦਾ ਫਰਕ ਹੁੰਦਾ ਨਾ ਮੰਨ ਲਓ ਜਿਵੇਂ ਲੰਬਾ ਪੂੰਛ ਨੂੰ ਗੇੜਾ ਆਇਆ ਹੋਇਆ ਇਹਦੇ ਠੀਕ ਹੈ ਜੀ ਇਹਦੇ ਮੰਨ ਲਓ ਪਤਾਲੂ ਸਹੀ ਆ ਸਾਰਾ ਕੁਝ ਸਹੀ ਆ ਇਹਦਾ ਹਾਈਟ ਉੱਚੀ ਹੈ ਇਹਦੀ ਗਰਦਨ ਉੱਚੀ ਆ ਬਸ ਇਹੀ ਜ਼ਿਆਦਾ ਹੁੰਦੀ ਹੈ ਇਹਦੀ ਇਹ ਇਹਦੇ 'ਚ ਮਤਲਬ ਇਦਾਂ ਕਹੋ ਇਹ ਕਿਉਂਕਿ ਬਾਕੀਆਂ ਨਾਲੋਂ ਇਹ ਥੋੜਾ ਵੱਖਰਾ ਹੈ ਹਾਂਜੀ ਹਾਂਜੀ ਅਲੱਗ ਆ ਬਾਕੀ ਨਾਲੋਂ ਥੋੜਾ ਜਿਹਾ ਅਲੱਗ ਆ ਜੀ ਇਹ ਤੁਸੀਂ ਲੰਬਾਈ ਦੇਖੋ ਇਹਦੀ ਕਿੰਨੀ ਆ ਠੀਕ ਹੈ ਜੀ ਗੱਲ ਲੰਬਾਈ ਦੀ ਹੁੰਦੀ ਹੈ ਨਾ ਹੁਣ ਦੇਖੋ ਇੱਥੇ ਆ ਗਿਆ ਮੇਰੇ ਹਾਂ ਲੱਕ ਦੇ ਬਰਾਬਰ ਆ ਗਿਆ ਇਹ ਤਾਂ ਹੁਣ ਅਸੀਂ ਇਹਨੂੰ ਖੁਰਾਕ ਘਟਾਈ ਹੋਈ ਆ ਥੋੜੀ ਜੀ ਮੰਨ ਲਓ ਜੇ ਇਹਨੂੰ ਸਹੀ ਖੁਰਾਕ ਪਾਈਏ ਤਾਂ ਇਹ ਬਹੁਤ ਲੰਬਾ ਹੋ ਜਾਂਦਾ ਜੀ ਫਿਰ ਠੀਕ ਹੈ ਜੀ ਆਹ ਸਾਰੇ ਇੱਧਰ ਜਾਨਵਰਾਂ ਜੀ ਆਪਣੇ ਇਹ ਸਾਰੇ ਪ੍ਰੈਗਨੈਂਟ ਆ ਜੀ ਹੁਣ ਇਹ ਆਹਾ ਜੀ ਆਪਣੇ ਲਗਭਗ ਇਹਨੇ ਮਹੀਨੇ ਕੁ ਤੱਕ ਸੋਣਾ ਜੀ ਇਹਨੇ ਮਹੀਨੇ ਤੱਕ ਸੋਣਾ ਸਾਰੀ ਫੀਡ ਤੇ ਆ ਜੀ ਇਹ ਠੀਕ ਹੈ ਜੀ ਇਹ ਹੁਣ ਬੱਚਿਆਂ ਤੋਂ ਅਲੱਗ ਕਰੀ ਹੋਈ ਸੀਗੀ ਇਹਨੂੰ ਅਸੀਂ ਹਲੇ ਥੋੜਾ ਜਿਹਾ ਹਲਕਾ ਫੁਲਕਾ ਵੇਸਟੇਜ ਪਾਉਂਦੇ ਆ ਜਿੱਦਣ ਮੰਨ ਲਓ ਹੀਟ ਤੇ ਆ ਗਈ ਠੀਕ ਹੈ ਜੀ ਕ੍ਰੋਸ ਹੋ ਗਈ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਫੀਡ ਪਾਣੀ ਸ਼ੁਰੂ ਕਰ ਦੇਣੀ ਹੈ ਕਿਉਂਕਿ ਪਹਿਲਾਂ ਇਦਾਂ ਹੁੰਦਾ ਵੀ ਥੋੜੀ ਬਹੁਤੀ ਜੋ ਫੀਡ ਬਚਦੀ ਆਪਾਂ ਨੂੰ ਫਾਇਦਾ ਉਹਦਾ ਠੀਕ ਹੈ ਜੀ ਇੱਧਰ ਵੀ ਸਾਰੀਆਂ ਪ੍ਰੈਗਨੈਂਟ ਸੂਰੀਆਂ ਬੈਠੀਆਂ ਜੀ ਆਪਣੀਆਂ ਸਾਰੀਆਂ ਫੀਮੇਲ ਠੀਕ ਹੈ ਜੀ ਆ ਵੀ ਪ੍ਰੈਗਨੈਂਟ ਆ ਜੀ ਇਹ ਕਿ ਹੱਥ ਨਹੀਂ ਲਾਉਣ ਦਿੰਦੇ ਕਿਸੇ ਨੂੰ ਹੱਥ ਨਹੀਂ ਲਾਣ ਦਿੰਦੇ ਜੀ ਹੱਥ ਲਾਏ ਤਾਂ ਪਤਾ ਨਹੀਂ ਕੀ ਤਕਲੀਫ ਹੁੰਦੀ ਹੈ ਇਹਨਾਂ ਨੂੰ ਹੱਥ ਨਹੀਂ ਲਾਣ ਦਿੰਦੇ ਇਹ ਨੇੜੇ ਨਹੀਂ ਆਉਂਦੇ ਨਾ ਜੀ ਨਾ ਨਾ ਆਪਾਂ ਜਿਵੇਂ ਆਪਾਂ ਉੱਥੇ ਖੜੇ ਸੀ ਨਾ ਹਾਂਜੀ ਹਾਂਜੀ ਉਹ ਪੈਰ ਦੇ ਥੱਲੇ ਮਾਰੀ ਜਾਂਦਾ ਹੈ ਹਾਂਜੀ ਹਾਂਜੀ ਆਪ ਮਾਰ ਲੈਂਦੇ ਆ ਪਰ ਕਿਸੇ ਨੂੰ ਨੇੜੇ ਨਹੀਂ ਕਿਸੇ ਨੂੰ ਨੇੜੇ ਨਹੀਂ ਆੜ ਦਿੰਦੇ ਇਹ ਤਿੰਨਾਂ ਦੀ ਇੱਕੋ ਤਰੀਕ ਆ ਜੀ ਅੱਛਾ ਇਹਨਾਂ ਨੇ ਲਗਭਗ ਇੱਕੋ ਦਿਨ ਸੋਣਾ ਇਹਨਾਂ ਨੇ ਜਾਂ ਅੱਜ ਜਾਂ ਕੱਲ੍ਹ ਦੇ ਇੱਕ ਦੋ ਘੰਟਿਆਂ ਦਾ ਮੰਨ ਲਓ ਫਰਕ ਪੈਣਾ ਨਾ ਤਾਂ ਜ਼ਿਆਦਾ ਨਹੀਂ ਪੈਂਦਾ ਉਹਦੇ ਵਿੱਚ ਸਾਨੂੰ ਇਹ ਫਾਇਦਾ ਹੋ ਜਾਂਦਾ ਜੀ ਵੀ ਜਿਵੇਂ ਮੰਨ ਲਓ ਇੱਕ ਨੇ 8 ਦੇ ਤੇ ਇੱਕ ਨੇ 10 ਦੇ ਤੇ ਇੱਕ ਨੇ 6 ਦੇ ਤੇ ਫਿਰ ਅਸੀਂ ਐਵਰੇਜ ਸੈੱਟ ਕਰ ਦਿੰਨੇ ਇਹਨਾਂ ਦੀ ਤੋਂ ਬਾਅਦ ਜਿਹੜਾ ਬੇਬੀ ਹੁੰਦਾ ਹੈ ਨਾ ਹਾਂਜੀ ਬੇਬੀ ਪੀਕ ਉਹਨੂੰ ਕਿੰਨਾ ਟਾਈਮ ਦੁੱਧ ਜਿਹੜਾ ਪਿਉਣਾ ਚਾਹੀਦਾ ਉਹਨੂੰ ਦੇਖੋ ਜੀ ਘੱਟੋ ਘੱਟ 40 ਦਿਨ 40 ਦਿਨ ਉਸ ਦੌਰਾਨ ਕੋਈ ਉਹਨੂੰ ਫੀਡ ਜਾਂ ਕੋਈ ਬਿਲਕੁਲ ਜੀ ਬਿਲਕੁਲ ਜਿਹੜੀ ਹੁਣ ਮੰਨ ਲਓ ਜਿਵੇਂ ਇਹ ਆ ਦੇਖੋ ਜਿਵੇਂ ਹੁਣ ਆਪਣਾ ਇਹ ਹੈ ਜੀ ਹਨਾ 12 ਬੱਚੇ ਬੈਠੇ ਦੇ ਥੱਲੇ ਇਸ ਟਾਈਮ ਠੀਕ ਹੈ ਜੀ 12 ਬੱਚਿਆਂ ਦੇ ਘੱਟੋ ਘੱਟ ਇਹਨੂੰ 2.5 ਕਿਲੋ ਫੀਡ ਪੈਣੀ ਚਾਹੀਦੀ ਇੱਕ ਟਾਈਮ ਦੀ ਘੱਟੋ ਘੱਟ 5 ਨਹੀਂ ਤਾਂ 4 ਕਿਲੋ ਇਹਨੂੰ 24 ਘੰਟੇ 'ਚ ਫੀਡ ਪਵੇ ਉਦੋਂ ਬਾਅਦ ਸਟਾਰਟਰ ਆ ਜਿਹੜੀ ਡਿਊਜ਼ ਦੀ ਕਿਸੇ ਵੀ ਕੰਪਨੀ ਦੀ ਲਾ ਲਓ ਉਹ ਇਹਨਾਂ ਨੂੰ ਲੱਗ ਪਵੇ ਇਦਾਂ ਖੁੱਡੇ 'ਚ ਬੱਚਿਆਂ ਨੂੰ ਕਿਉਂਕਿ ਇੱਥੇ ਪਾਤੀ ਇਹਨੇ ਖਾ ਜਾਣੀਆਂ ਉਹਨੇ ਉਸ ਟਾਈਮ ਖਾ ਜਾਣੀਆਂ ਠੀਕ ਹੈ ਜੀ ਅੰਦਰ ਵੜਨਗੇ ਬੱਚੇ ਆਪਣਾ ਮਰਜ਼ੀ ਨਾਲ ਖਾਣਗੇ ਉਹਦੇ ਨਾਲ ਤੁਹਾਡੇ ਬੱਚੇ ਦੀ ਗਰੋਥ ਬਹੁਤ ਜ਼ਿਆਦਾ ਹੁੰਦੀ ਹੈ ਜੀ ਫਿਰ ਤੇ ਇਹ ਇੱਕ ਵਾਰ ਜਦੋਂ ਸੁਣਦੀ ਹੈ ਤਾਂ ਫਿਰ ਬੱਚੇ ਕਿੰਨੇ ਦਿੰਦੀ ਹੈ ਇੱਕ ਵਾਰ ਬੱਚੇ ਦੇਖੋ ਜੀ ਇਹਨਾਂ ਦਾ ਕੋਈ ਹਿਸਾਬ ਨਹੀਂ ਬੱਚੇ 2 ਵੀ ਦੇ ਦਿੰਦੀ ਆ ਬੱਚੇ 15 ਵੀ ਦੇ ਦਿੰਦੀ ਆ ਸਾਡੇ ਕੋਲ ਵੱਧ ਤੋਂ ਵੱਧ ਰਿਕਾਰਡ 24 ਦਾ ਉਰੇ 24 ਦਾ ਹਾਂਜੀ ਵੱਧ ਤੋਂ ਵੱਧ ਸਾਡੇ ਕੋਲ 24 ਬੱਚੇ ਦਿੱਤੇ ਸੀਗੇ ਤਾਂ 24 ਦੇ ਵਿੱਚੋਂ ਇਦਾਂ ਵੀ 24 ਤਾਂ ਨਹੀਂ ਪਾਲਦੀ ਹੈ ਤੁਹਾਨੂੰ ਗੱਪਾਂ ਮਾਰਦੀ ਹੈ ਉਦਾਂ ਹੀ ਸਾਡੇ 11 ਬੱਚੇ ਪਲੇ ਸੀਗੇ
सारा इतों निकास होकर दो साइड तो आप देख रहे हाँ जी दोनों पास नालियाँ दोनों पास हाँ जी हाँ सीवरेज सिस्टम बनया हाँ जी ਖੇਤੀ ਬਾੜੀ ਨੂੰ ਬੜਾ ਤਕੜਾ ਕਾਮਯਾਬ ਹੁੰਦਾ ਜੀ ਮੈਂ ਆਲੂ ਲਾਣੇ ਆ ਤੁਸੀਂ ਨੇ ਸਬਜ਼ੀ ਲਾਣੀ ਆ ਮੰਨ ਲਓ ਤੁਸੀਂ ਅੱਧੇ ਕਿੱਲੇ ਦੇ ਵਿੱਚ ਜੇ ਵੇਸਟੇਜ ਪਾਤਾ ਤੁਹਾਨੂੰ ਡਾਈ ਦੀ ਲੋੜ ਨਹੀਂ ਹੈਗੀ ਆ ਜਿੰਨੇ ਸਾਡੇ ਕੱਖ ਖੜੇ ਆ ਜੀ ਉਰੇ ਇਹਨਾਂ ਦੇ
माड़ा चाहे बंदे की सोच है कि कोई काम माड़ा या कोई चंगा है ना, सारिया गल्लां आपां जान लियां ने कि बीमारी होंदी है, किन्ना टाइम बच्चे नूं दुध पिआउणा, की इन्हां दी खाद खुराक है, सांभ संभाल किवें आ। ਬਾਈ ਜੀ ਇੱਕ ਆਖਰੀ ਸਵਾਲ ਇਹ ਆ ਕਿ ਤੁਸੀਂ ਜਦੋਂ ਸਾਰਾ ਸਾਂਭ ਸੰਭਾਲ ਵੀ ਕਰ ਲਈ ਹੈ ਨਾ, ਹਾਂਜੀ ਹਾਂਜੀ, ਗਰੋਥ ਕਰਤੀ, ਹਾਂਜੀ, ਤੇ ਫਿਰ ਇਹਨਾਂ ਦੀ ਮਾਰਕੀਟ ਕਿੱਥੇ ਆ, ਇਹਨਾਂ ਨੂੰ ਵੇਚਦੇ ਕਿੱਥੇ? ਉਰੇ 250 ਰੁਪਏ ਕਿਲੋ ਵਿਕਦਾ, ਨਾਗਾਲੈਂਡ ਵਿਕਦਾ ਜੀ, ਇਹ ਮੰਨ ਲਓ ਜਿਹੜੀ ਸਪਲਾਈ ਇਹਦੀ ਉੱਪਰ ਹੁੰਦੀ ਹੈ ਨਾ ਮੰਗਾਲਿਆ 'ਚ ਜਾ ਕੇ, ਉੱਥੇ 400 ਰੁਪਏ ਕੇ ਜੀ ਹੈ। 400 ਰੁਪਏ ਕੇ ਜੀ? ਹਾਂਜੀ ਹਾਂਜੀ, 400 ਰੁਪਏ ਕੇ ਜੀ ਹੈ ਇਹ। ਉਰੇ 250 ਦੇ ਰੇਟ ਨਾਲ ਮੰਨ ਲਓ ਸਾਨੂੰ ਜੇ ਘੱਟੋ ਘੱਟ 150 ਰੁਪਏ ਦਾ ਸਾਨੂੰ ਮਿਲਣਾ ਚਾਹੀਦਾ ਨਾ, 150 ਦਾ ਤਾਂ ਮਿਲਣਾ ਚਾਹੀਦਾ। ਜੇ ਆਪਾਂ 100 ਨੂੰ ਮੰਨ ਲਓ ਲੋਸ 'ਚ ਲਾ ਕੇ ਚੱਲਦੇ ਹਾਂ ਨਾ, ਵੀ ਸਾਡਾ ਜਾਨਵਰ ਵਿੱਚੋਂ ਵੇਸਟੇਜ ਨਿਕਲ ਗਈ, ਕੁਛ ਨਿਕਲ ਗਿਆ, ਪਰ ਸਾਨੂੰ ਰੇਟ ਨਹੀਂ ਕੁਛ ਵੀ ਮਿਲ ਰਿਹਾ। ਇਸ ਕਰਕੇ ਤਾਂ ਕਿ ਜਿਹਦੀ ਲੈਣ ਜੁੜੀ ਹੋਈ ਹੈ, ਜਿਵੇਂ ਖੇਤੀ ਨੂੰ ਨਹੀਂ ਛੱਡ ਸਕਦੇ ਬੰਦਾ, ਚਲੋ ਚੱਲੀ ਜਾਂਦਾ ਵੀ ਚਲੋ ਅੱਜ ਸੈੱਟ ਕੱਲ੍ਹ ਸੈੱਟ। ਤੁਸੀਂ ਬਾਹਰ ਵੀ ਰਹੇ ਕਾਫੀ ਟਾਈਮ ਹੈ ਨਾ? ਹਾਂਜੀ ਹਾਂਜੀ, ਕਿਉਂਕਿ ਬਾਹਰ ਵੈਸੇ ਇੱਕ ਮੰਨਿਆ ਜਾਂਦਾ ਕਿ ਜਿਹੜਾ ਬੰਦਾ ਬਾਹਰ ਰਹਿੰਦਾ ਉਹਦੀ ਕਮਾਈ 'ਚ ਵੈਸੇ ਬਰਕਤ ਹੁੰਦੀ ਹੈ। ਹਾਂਜੀ ਹਾਂਜੀ, ਇੱਥੇ ਵੀ ਤੁਹਾਨੂੰ 10-12 ਸਾਲ ਹੋ ਗਏ ਲਗਭਗ, ਤੁਹਾਨੂੰ ਸੇਮ ਟਾਈਮ ਹੋ ਗਿਆ। ਹਾਂਜੀ ਹਾਂਜੀ, ਇੱਥੇ ਇਨਕਮ ਜ਼ਿਆਦਾ ਹੈ ਜਾਂ ਉੱਥੇ ਆ? ਕਿਉਂਕਿ ਤੁਸੀਂ ਵਿਦੇਸ਼ ਛੱਡ ਕੇ ਆਏ ਹੋ ਹੈ ਨਾ ਪੰਜਾਬ ਆਏ? ਹਾਂਜੀ ਹਾਂਜੀ, ਤੇ ਆ ਕੇ ਤੁਸੀਂ ਇੱਥੇ ਆਪਣਾ ਬਿਜ਼ਨਸ ਸੈੱਟ ਕੀਤਾ? ਠੀਕ ਹੈ ਜੀ, ਤੁਹਾਨੂੰ ਲੱਗਦਾ ਕਿ ਇੱਥੇ ਆ ਕੇ ਤੁਸੀਂ ਸਹੀ ਕੀਤਾ? ਦੇਖੋ ਸਰ, ਮੈਂ ਤਾਂ ਕਹਿੰਦਾ ਪ੍ਰੋਫਿਟ ਹੈ, ਜੇ ਮੈਂ ਸਿੱਧੇ ਸਿੱਧੇ ਸ਼ਬਦਾਂ ਪੁੱਛਾਂ, ਦੇਖੋ ਮੈਂ ਤੁਹਾਨੂੰ ਸਹੀ ਗੱਲ ਦੱਸਦਾ, ਜੇ ਮੈਂ ਵਿਦੇਸ਼ ਦੇ ਵਿੱਚ ਪਰਿਵਾਰ ਰੱਖਦਾ, ਆਪਣੀ ਫੈਮਿਲੀ ਰੱਖਦਾ, ਮੈਨੂੰ ਵੱਧ ਤੋਂ ਵੱਧ ਜ਼ੋਰ ਲਾ ਕੇ ਇੱਥੇ 4 ਲੱਖ 3 ਲੱਖ 5 ਲੱਖ ਬਚ ਜਾਂਦਾ। ਠੀਕ ਆ ਜੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਕੇ, ਕਿਤੇ ਮੈਂ ਜਾ ਨਹੀਂ ਸਕਦਾ, ਕਿਤੇ ਸਾਰੇ ਜੀਆਂ ਨੂੰ ਕੰਮ ਕਰਨਾ, ਸਾਰੇ ਜੀਆਂ ਨੂੰ ਕੰਮ ਕਰਕੇ। ਠੀਕ ਹੈ ਜੀ, ਉਰੇ ਮੈਂ 5-7 ਲੱਖ ਰੁਪਈਆ ਵੈਸੇ ਕਮਾ ਲੈਂਦਾ। ਠੀਕ ਹੈ ਜੀ, ਸਾਲ ਦਾ 7-8 ਲੱਖ ਰੁਪਈਆ ਮੈਂ ਉਰੇ ਸਾਲ ਦਾ ਛੱਡਦਾ ਨਹੀਂ ਹੈ ਇਹਨਾਂ ਦੇ ਵਿੱਚ, ਮੈਂ ਤੁਹਾਨੂੰ ਮੋਟਾ ਮੋਟਾ ਦੱਸਿਆ, ਪਿਗਰੀ ਚੋਂ 7 ਲੱਖ ਰੁਪਈਆ ਦਾ। ਕਿੰਨੇ ਨਗਾਂ ਦੇ ਉੱਪਰ? ਇਹ ਦੇਖੋ ਜੀ, ਅਸੀਂ ਵਿੱਚ ਛੋਟੇ ਵੀ ਕਈ ਵਾਰ ਵੇਚ ਦਿੰਦੇ ਹਾਂ, ਮੰਨ ਲਓ ਸਾਡੇ ਕੋਲ ਕੋਈ ਫੀਮੇਲ ਲੈਣ ਆ ਗਏ, 4 ਫੀਮੇਲ, ਉਹਦੀ ਅਸੀਂ ਐਵਰੇਜ ਲਾਈ ਆ, ਤੁਹਾਨੂੰ ਵੀ 7-8 ਲੱਖ ਰੁਪਈਆ ਮੈਨੂੰ ਬਚ ਜਾਂਦਾ, ਮਤਲਬ ਐਵਰੇਜ ਹੈ। ਹਾਂਜੀ, ਮੇਰਾ 60-65 ਹਜ਼ਾਰ ਰੁਪਈਆ ਮਹੀਨੇ ਦਾ ਖਰਚਾ ਜੀ ਇਹਦਾ, ਫਾਰਮ 'ਤੇ 60-65 ਹਜ਼ਾਰ ਰੁਪਈਆ, ਵਿੱਚੇ ਫੀਡ, ਵਿੱਚੇ ਵੇਸਟੇਜ, ਵਿੱਚੇ ਆਪਣਾ ਦਵਾਈ ਬੂਟੀ, ਇਹ ਬਹੁਤ 60-65 ਹਜ਼ਾਰ ਰੁਪਈਆ ਮਹੀਨੇ ਦਾ ਖਰਚਾ ਆ ਜਾਂਦਾ ਮੇਰਾ, ਵਿੱਚੇ ਟਰਾਂਸਪੋਰਟ ਦਾ, ਟੈਂਪੂ, ਮੰਨ ਲਓ ਤੇਲ ਵੀ ਕਰਨਾ, ਸਾਰਾ ਕੁਛ ਹੈ ਨਾ। ਤਾਂ ਇਸ ਕਰਕੇ ਵੀ ਠੀਕ ਆ, ਮੈਨੂੰ ਠੀਕ ਲੱਗਿਆ, ਬਾਕੀ ਕਿਸੇ ਨੂੰ ਲੱਗੇ ਨਾ ਲੱਗੇ ਠੀਕ, ਵਿੱਚ ਬੜੇ ਕਾਮਯਾਬ ਲੋਕ ਬੈਠੇ ਆ, ਉਹਨਾਂ ਨੂੰ 10-10 ਸਾਲ ਹੋ ਗਏ ਲੱਗੇ ਹੋਏ ਆ। ਜੇ ਕਿਸੇ ਨੇ ਸ਼ੁਰੂ ਕਰਨਾ, ਹਾਂਜੀ, ਉਹਨੂੰ ਕੀ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ, ਧਿਆਨ ਛੱਡ ਕਿਵੇਂ ਦਾ ਪਾਵੇ, ਨਾਲ ਕਿੱਥੋਂ ਲੈ ਕੇ ਆਵੇ, ਕਿੰਨੇ ਲੈ ਕੇ ਆਵੇ? ਦੇਖੋ ਜੀ, ਫੀਡ ਕਿਵੇਂ ਆ, ਉਹਨਾਂ ਦਾ ਕੇਅਰ ਕਿਵੇਂ, ਕਿਉਂਕਿ ਮੈਂ ਇੱਕ ਇਹ ਵੀ ਦੇਖਿਆ ਕਿ ਬਹੁਤ ਸਾਰੇ ਫਾਰਮਰ ਜਾਈਦਾ ਜਾਂ ਲੋਕਾਂ ਨੂੰ ਮਿਲੀਦਾ ਤੇ ਸੂਟ ਬੂਟ ਪਾ ਕੇ ਨਾ ਅੱਗੇ ਕੰਮ ਕਰੀ ਜਾਂਦੇ ਹੁੰਦੇ ਆ। ਹਾਂਜੀ, ਤੇ ਮੈਂ ਜਦੋਂ ਪਹਿਲਾਂ ਵੀ ਐਂਟਰ ਕੀਤਾ ਤੇ ਮੈਂ ਦੇਖਿਆ ਤੁਸੀਂ ਕੰਮ ਆਪ ਹੀ ਕਰੀ ਜਾਂਦੇ ਸੀਗੇ, ਹੈ ਨਾ, ਅਤੇ ਕਰਨਾ ਵੀ ਆਪ ਚਾਹੀਦਾ, ਪਰ ਮਤਲਬ ਇਹਨੂੰ ਫਿਰ ਕਿੱਦਾਂ ਬੰਦੇ ਨੂੰ ਜਿੰਨਾ ਚਿਰ ਵੇਚ ਨਹੀਂ ਵੱਟਦਾ ਉਹਨਾਂ ਚਿਰ ਕਾਮਯਾਬ ਹੋ ਸਕਦਾ ਕਿ ਨਹੀਂ? ਦੇਖੋ ਜੀ, ਮੈਂ ਤੁਹਾਨੂੰ 100 ਦੀ ਇੱਕ ਗੱਲ ਸੁਣਾ ਦੀ ਪਹਿਲਾਂ, ਕਿਸੇ ਵੀ ਮੇਰੇ ਵੀਰ ਨੇ ਜੇ ਕੰਮ ਕਰਨਾ ਨਾ, ਨਾ ਤਾਂ ਚਿੱਟੇ ਸੂਟਾਂ ਵਾਲਾ ਕੰਮ ਕਰੇ, ਨਾ ਇਹ ਮੁੱਛਾਂ ਖੁੰਡੀਆਂ ਵਾਲਾ ਕੰਮ ਕਰੇ। ਠੀਕ ਹੈ ਜੀ, ਜੇ ਬੰਦਾ ਨੋਰਮਲ ਬੰਦਾ ਤਾਂ ਉਹ ਕਾਮਯਾਬ ਹੋ ਸਕਦਾ ਇਹਦੇ ਵਿੱਚ, ਜੇ ਉਹ ਕਹੂਗਾ ਵੀ ਮੇਰਾ ਰਿਸ਼ਤੇਦਾਰ ਆ ਗਿਆ, ਮੇਰਾ ਫਲਾਨਾ ਆ ਗਿਆ, ਮੇਰਾ ਪਿੰਡ ਦਾ ਉਹ ਦੇਖਦਾ, ਮੈਂ ਸੂਗਾਂ 'ਚ ਨਹੀਂ ਵੜਨਾ, ਮੈਨੂੰ ਕੀ ਕਹੂਗਾ? ਮੇਰੀ ਪ੍ਰੋਬਲਮ ਤਾਂ ਸਿੱਧੀ ਗੱਲ ਕਹੀ ਤਾਂ ਕਹਿੰਦੇ ਕਿ ਮੁਸ਼ਕ ਆਉਂਦਾ ਜੀ, ਫਲਾਨਾ ਆਉਂਦਾ ਜੀ, ਧਿਮਕ ਆਉਂਦਾ। ਤੁਸੀਂ ਮੈਨੂੰ ਇੱਦਾਂ ਦੱਸੋ, ਤੁਸੀਂ ਚਾਹ ਵੀ ਪੀਤੀ ਆ ਉਰੇ, ਤੁਸੀਂ ਕਿਸੇ ਪੋਲਟਰੀ ਫਾਰਮ 'ਚ ਜਾਇਓ, ਪੋਲਟਰੀ ਫਾਰਮ ਦੇ ਵਿੱਚ ਤੁਹਾਨੂੰ 3 ਕਿਲੋਮੀਟਰ 'ਤੇ ਸਮੈਲ ਆਉਣ ਲੱਗ ਜਾਣੀ ਆ, ਤੁਸੀਂ ਖੜ੍ਹ ਨਹੀਂ ਸਕਦੇ 2 ਮਿੰਟ ਵੀ ਪੋਲਟਰੀ ਫਾਰਮ ਦੇ ਵਿੱਚ। ਠੀਕ ਹੈ ਜੀ, ਸਮੈਲ ਸਾਰੀ ਮੁੱਕ ਜਾਂਦੀ ਆ ਵੀਰੋ, ਇਹ 'ਚ ਕੋਈ ਚੱਕਰ ਨਹੀਂ, ਜਦੋਂ ਤੁਹਾਨੂੰ ਨੋਟ ਗੇਅਰ ਦਾ ਅਗਲਾ ਲਿਆ ਕੇ 500-500 ਦੇ ਤੁਹਾਡੇ ਟੇਬਲ 'ਤੇ, ਸਮੈਲਾਂ ਸਮੂਲਾਂ ਸਭ ਭੱਜ ਜਾਂਦੀਆਂ। ਠੀਕ ਆ, ਖੇਤੀ ਵੀ ਕੋਈ ਸੌਖੀ ਨਹੀਂ, ਡੰਗਰ ਰੱਖਣੇ ਉਹ ਵੀ ਕੋਈ ਸੌਖੇ ਨਹੀਂ, ਕੰਮ ਸਾਰੇ ਔਖੇ ਆ, ਪਰ ਕੰਮ ਦਾ ਤੁਹਾਨੂੰ ਫਿੱਟ ਆਉਣ 'ਤੇ ਤੁਹਾਨੂੰ, ਬਿਲਕੁਲ ਜੀ ਬਿਲਕੁਲ ਜੀ ਬਿਲਕੁਲ, ਬਾਕੀ ਕਿਸਮਤ ਤਾਂ ਆਪਣੀ, ਕੰਮ ਦਾ ਤੁਹਾਡਾ ਲਗਾ ਕੇ ਉਹਦੇ ਨਾਲ, ਤੁਸੀਂ ਦਿਲ ਲਾ ਕੇ ਕੰਮ ਕਰੋ। ਘੱਟ ਤੋਂ ਘੱਟ ਕਿੰਨਾ ਕੁ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ ਕੰਮ? ਦੇਖੋ, ਕਿੰਨੇ ਕੁ ਪੈਸੇ ਇਨਵੈਸਟਮੈਂਟ ਤੇ ਉਹਦਾ ਰੈਵਨਿਊ ਕਿੰਨੇ ਟਾਈਮ ਬਾਅਦ? ਦੇਖੋ, ਆਪਣਾ ਬਜਟ ਦੇ ਹਿਸਾਬ ਨਾਲ ਹੁੰਦੀ ਹੈ ਸਾਰੀ ਇਹ ਗੇਮ, ਹੈ ਨਾ। ਜੇ ਮੰਨ ਲਓ ਤੁਸੀਂ ਉਹ ਮੁਰਲਾ ਸ਼ੈੱਡ ਆ, ਜੇ ਤੁਸੀਂ ਉਹਨਾਂ ਕੇ ਵੀ ਸ਼ੈੱਡ ਪਾਉਂਦੇ ਆ, ਤੁਹਾਡੇ ਕੋਲ 10 ਲੱਖ ਰੁਪਈਆ ਚਾਹੀਦਾ, ਜਾਨਵਰ ਵੀ ਲਿਆਉਣੇ ਆ। ਤੁਸੀਂ, ਸਾਡਾ ਫਾਰਮਰ ਕਿੱਥੋਂ ਫੇਲ ਹੁੰਦਾ, ਅਸੀਂ ਸ਼ੈੱਡ ਪਾਉਣ ਤੋਂ ਪਹਿਲਾਂ ਚੈਨ ਘੁਮਾ ਦਿੰਦੇ ਇਹਨਾਂ ਦੀ, ਇੰਨੇ ਪੈਸੇ ਸਾਨੂੰ ਬਚਣਗੇ,
ਉਹ ਬਚਣ ਦੇ ਚੱਕਰ 'ਚ ਅਸੀਂ ਕੰਮ ਸਟਾਰਟ ਨਹੀਂ ਕਰਿਆ ਹੁੰਦਾ, ਬਚਣ ਦੇ ਚੱਕਰ 'ਚ ਅਸੀਂ ਉੱਥੇ ਮੰਨ ਲਓ ਗੇਮ ਲਿਆ ਕੇ ਖੜਾ ਦਿੰਦੇ ਵੀ ਇੰਨੇ ਬਚਣੇ ਸੀਗੇ, ਇੱਕ ਸਾਲ ਤਾਂ ਇਹਦੇ ਵਿੱਚ ਬਚਣਾ ਨਹੀਂ ਹੈਗਾ। ਸਾਲ ਤੋਂ ਬਾਅਦ ਜਦੋਂ ਤੁਹਾਡੀ ਚੈਨ ਘੁੰਮ ਗਈ ਸਹੀ ਹੋ ਗਿਆ ਤੁਹਾਨੂੰ ਫਿਰ ਬਚਣੇ ਸ਼ੁਰੂ ਹੋਣੇ ਆ। ਉਹ ਸਾਲ 'ਚ ਬੰਦੇ ਦਾ ਦਮ ਟੁੱਟ ਲੈਂਦਾ ਵੀ ਇਹ ਤਾਂ ਰਖਾਈ ਹੋ ਜਾਂਦੇ ਆ, ਪੈਸੇ ਤਾਂ ਬਚੇ ਨਹੀਂ ਹੈਗੇ। ਇਸ ਕਰਕੇ ਵੀ ਮੈਂ ਕਹਿੰਦਾ ਜੇ ਗੁੰਜਾਇਸ਼ ਆ ਤਾਂ ਕੰਮ ਕਰੋ, ਇਹ ਕੋਈ ਕਰਜ਼ਾ ਲੈ ਕੇ ਕੰਮ ਨਾ ਕਰੋ, ਠੀਕ ਆ। ਜੇ ਹਿੰਮਤ ਹੈਗੀ ਆਪਣੇ ਕੋਲ 4 ਰੁਪਈਆਂ ਤਾਂ ਕੰਮ ਕਰ ਲਿਓ ਇਹ ਵੀਰ, ਨਹੀਂ ਨਾ ਕੰਮ ਕਰਿਓ। ਬਾਕੀ ਫੀਡ 'ਤੇ ਕੋਈ ਐਡਾ ਬੈਨੀਫਿਟ ਨਹੀਂ, ਕੋਈ ਝੂਠ ਨਹੀਂ ਬੋਲਦੇ, ਕਿਉਂ ਆਪਾਂ ਨੂੰ ਇਹ ਲਾਲਚ ਨਹੀਂ ਵੀ ਮੈਂ ਤੁਹਾਡੀ ਮੰਨ ਲਓ ਝੂਠੀ ਵੀ ਐਡ ਕਰਾਂ, ਹੈ ਨਾ। ਮੈਂ ਜਾਨਵਰ, ਮੇਰੇ ਜਾਨਵਰ ਆਲਰੇਡੀ ਪਹਿਲਾਂ ਹੀ ਬੜੇ ਵਿਕਦੇ ਆ ਵੀ, ਇਸ ਕਰਕੇ ਫੀਡ 'ਤੇ ਤਾਂ ਫਾਇਦਾ ਜੇ ਕੋਈ ਗੌਰਮੈਂਟ ਦਾ ਰੇਟ ਫਿਕਸ ਹੋਵੇ, 150 ਰੁਪਈਆ ਸਾਡਾ ਕੇਜੀ ਦਾ ਰੇਟ ਹੋਵੇ ਤਾਂ ਸਾਨੂੰ ਫੀਡ ਪਾ ਕੇ ਫਾਇਦਾ। ਫਿਰ ਸਾਨੂੰ ਮੰਨ ਕੇ ਚੱਲੋ ਸਾਨੂੰ 3000 ਰੁਪਈਆ ਕਿੰਨਾ ਕੁ ਛੱਡਦਾ ਫੀਡ 'ਚ, ਹੁਣ ਵੇਸਟੇਜ ਦੇ ਵਿੱਚ ਸਾਨੂੰ ਅੱਧੋ ਅੱਧ ਛੱਡਦਾ। ਜੇ 15000 ਦਾ ਬੱਚਿਆ ਤਾਂ ਸਾਨੂੰ 7000 ਛੱਡਣਾ, ਉਹਨੇ ਹਰ ਹੀਲੇ ਛੱਡਣਾ, ਕਿੱਥੇ 2 ਰੁਪਈਏ ਕਿਲੋ ਚੀਜ਼, ਕਿੱਥੇ 28 ਰੁਪਈਏ ਕਿਲੋ ਚੀਜ਼, ਫਰਕ ਪੈ ਜਾਂਦਾ ਇਹ ਚੀਜ਼ ਦਾ। ਤਾਂ ਚੰਗਾ ਲੱਗਾ ਬਾਈ ਤੁਹਾਨੂੰ, ਚਲੋ ਠੀਕ ਆ ਜੀ। ਕਿਸਾਨ ਭਰਾਵਾਂ ਨੂੰ ਵੀ ਇਹ ਇੰਟਰਵਿਊ ਚੰਗੀ ਲੱਗੀ ਹੋਵੇਗੀ, ਕਿਉਂਕਿ ਠੀਕ ਆ ਜਿਵੇਂ ਤੁਸੀਂ ਦੱਸਿਆ ਕਿ ਖੇਤੀ ਦੇ ਨਾਲ ਇੱਕ ਹਾਂਜੀ ਸਹਾਇਕ ਧੰਦਾ ਜਿਹੜਾ ਉਹ ਵਧੀਆ ਸ਼ੁਰੂ ਕੀਤਾ ਜਾ ਸਕਦਾ। ਇਹ ਸਨ ਬਾਈ ਸੁਖਜੀਤ ਹੋਰੀ, ਇਟਲੀ ਤੋਂ ਵਾਪਸ ਆਏ ਨੇ, ਕਾਰੋਬਾਰ ਸ਼ੁਰੂ ਕੀਤਾ ਔਰ ਚੰਗਾ ਮੁਨਾਫਾ ਲੈ ਰਹੇ ਨੇ। 7-8 ਲੱਖ ਰੁਪਏ ਦਾ ਮੁਨਾਫਾ 1 ਸਾਲ ਦਾ ਲੈ ਰਹੇ ਨੇ, ਇੱਕ ਐਵਰੇਜ ਆ, ਇਹ ਅੰਕੜੇ ਉੱਪਰ ਹੇਠਾਂ ਵੀ ਹੋ ਸਕਦੇ ਨੇ। ਪਰ ਬਾਈ ਨੇ ਜਿਵੇਂ ਦੱਸਿਆ ਕਿ ਜੇ ਇਹ ਕੰਮ ਸ਼ੁਰੂ ਕਰਨਾ ਤਾਂ ਇੱਕ ਤਾਂ ਚਿੱਟੇ ਕੁੜਤੇ ਪਜਾਮੇ ਪਾਉਣੇ ਛੱਡ ਦਿਓ, ਭਾਵ ਕਿ ਇਹ ਨਾ ਸੋਚੋ ਕਿ ਮੇਰਾ ਰਿਸ਼ਤੇਦਾਰ ਕੀ ਕਹੂਗਾ, ਮੈਨੂੰ ਜਾਣਨ ਪਛਾਣਨ ਵਾਲਾ ਕੀ ਕਹੂਗਾ। ਤਾਂ ਇਹ ਕੰਮ ਜਿਹੜਾ ਮਿੱਟੀ ਨਾਲ ਮਿੱਟੀ ਹੋ ਕੇ ਕੀਤਾ ਜਾ ਸਕਦਾ। ਪਰ ਬਾਈ ਨੇ ਇੱਕ ਸੋਹਣੀ ਗੱਲ ਕਹੀ ਕਿ ਉਦੋਂ ਜਿਹੜੀ ਆ ਕੋਈ ਵੀ ਸਮੈਲ ਨਹੀਂ ਆਉਂਦੀ ਜਦੋਂ ਹਰੇ ਰੰਗ ਦੇ ਜਿਹੜੇ 500-500 ਦੇ ਨੋਟ ਤੁਹਾਡੇ ਟੇਬਲ ਦੇ ਉੱਪਰ ਆ ਕੇ ਰੱਖੇ ਜਾਂਦੇ ਨੇ। ਤਾਂ ਉਮੀਦ ਕਰਦਾ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਔਰ ਤੁਹਾਡੇ ਸ਼ੰਕੇ ਬਹੁਤ ਸਾਰੇ ਦੂਰ ਹੋਏ ਹੋਣਗੇ ਜਿਹੜੇ ਪਿਗਰੀ ਫਾਰਮ ਨੂੰ ਲੈ ਕੇ ਤੁਹਾਡੇ ਮਨਾਂ ਵਿੱਚ ਸਵਾਲ ਸਨ। ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ, ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨਾ। ਸਤਿ ਸ਼੍ਰੀ ਅਕਾਲ।